ਨਿਹੰਗ ਸਿੰਘ ਫੌਜਾਂ ਨੇ ਬੁਲਟ ਮੋਟਰਸਾਈਕਲ ਤੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ ਕਿੱਥੋਂ ਆਏ ਹੋ? ਮੁਕਤਸਰ ਸਾਹਿਬ ਤੋਂ ਆਏ ਜੀ। ਇਸੇ ਤਰ੍ਹਾਂ ਹੀ ਆਏ ਹੋ ਜੀ? ਨਹੀਂ, ਗੱਡੀਆਂ ਹੋਰ ਵੀ ਆਈਆਂ। ਇਹ ਸਿੰਘ ਸਾਡਾ ਇੱਥੋਂ ਪ੍ਰੇਮੀ ਹੈ, ਇੱਥੋਂ ਰਲਿਆ ਸਾਡੇ ਨਾਲ ਜੀ। ਗੁਰੂ ਦੀ ਬੜੀ ਚੜ੍ਹਦੀ ਕਲਾ ਹੈ ਜੀ। ਅਸੀਂ ਇੱਥੇ ਬੜੇ ਸਿਆਹ ਨਾਲ ਆਏ ਆ, ਬਹੁਤ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ 100 ਦੇ ਕਰੀਬ। ਪਟਿਆਲਾ ਦੇ ਵਿੱਚ 100 ਦੇ ਕਰੀਬ ਪ੍ਰਾਣੀਆਂ ਨੇ? 100 ਦੇ ਕਰੀਬ ਸਾਡੇ ਆਪਦੇ 4-5 ਬੱਚਿਆਂ ਨੇ ਛਕਿਆ। ਇਹ ਸਾਰਾ ਬਹੁਤ ਵੱਡਾ ਪਰਾਲਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਇਹ ਪਰਾਲਾ ਹੋਊਗਾ ਸਿੱਖੀ ਦਾ। ਔਰ ਇੱਕ ਨਵੀਂ ਉਮੀਦ ਜਾਗ ਪਈ ਹੈ, ਜਿਹੜੀ ਨਸ਼ਿਆਂ ਦੇ ਵਿੱਚ ਗਰਕ ਹੁੰਦੀ ਜਾ ਰਹੀ ਸੀ ਪੀੜ੍ਹੀ, ਹੁਣ ਇਹ ਨਸ਼ਿਆਂ ਤੋਂ ਆਪਣੇ ਆਪ ਨੌਜਵਾਨ ਹੜ ਕੇ ਭੱਜ ਭੱਜ ਕੇ ਆ ਰਹੇ ਆ ਗੁਰਸਿੱਖੀ ਵੱਲ। ਬਹੁਤ ਵੱਡੀ ਗੱਲ ਹੈ। ਅਸੀਂ ਤਾਂ ਪਰਮਾਤਮਾ ਨੂੰ ਕਹਿੰਦੇ ਹਾਂ ਸੱਚੇ ਪਾਤਸ਼ਾਹ ਇਹ ਸਿੰਘ ਦੀ ਜ਼ਿੰਦਗੀ ਬਖਸ਼ਤੀ, ਅਤੇ ਜਿਹੜੀ ਚੀਜ਼ ਮੰਗਦੇ ਹਾਂ ਸਾਨੂੰ ਉਹੀ ਮਿਲ ਜਾਣੀ। ਕਿੰਨਾ ਟਾਈਮ ਹੋਇਆ ਤੁਹਾਨੂੰ ਅੰਮ੍ਰਿਤ ਪਾਨ ਕੀਤਿਆਂ ਗੁਰੂ ਕੇ ਜਹਾਜ਼ੇ ਚੜ੍ਹਿਆ? ਮੈਂ ਪਿੱਛੇ ਤੋਂ ਇੱਕ ਡਾਕਟਰ ਹਾਂ ਜੀ, ਮੇਰੇ ਹੌਸਪੀਟਲ ਹੈ। ਜਦੋਂ ਮੈਨੂੰ ਪਰਮਾਤਮਾ ਨੇ ਇਹਨਾਂ ਦਾ ਸਰਪੰਗ ਕਰਾਇਆ, ਬਚਨ ਬਲਾਸ ਹੋਏ, ਸਾਰੇ ਐਬ ਗੁਨਾਹ ਛੱਡ ਕੇ, ਸਾਰੇ ਇਲਾਜ ਛੱਡ ਕੇ ਗੁਰੂ ਸਾਹਿਬ ਦੇ ਲੜ ਲੱਗ ਗਏ ਹਾਂ ਜੀ। ਜਦੋਂ ਕਿਤੇ ਵਿਹਲੇ ਹਾਂ ਡਾਕਟਰੀ ਕਰੀਦੀ, ਨਹੀਂ ਤਾਂ ਗੁਰੂ ਸਾਹਿਬ ਦੇ ਨਾਲ ਹੀ ਸਮਾਂ ਬਿਤਾਈਦਾ। ਔਰ ਮੇਰੇ ਪੰਜ ਅਸੀਂ ਘਰ ਦੇ ਜੀ ਹਾਂ, 3 ਬੱਚੇ ਆ, 3 ਬੱਚਿਆਂ ਨੇ ਛਕਿਆ, ਸਾਡੀ ਸਿੰਘਣੀ ਨੇ ਛਪਿਆ। ਨਹੀਂ ਤਾਂ ਪਹਿਲਾਂ ਅਸੀਂ ਸ਼ਰਾਬ ਪੱਲੇ ਪੀਂਦੇ ਸੀ, ਬੁਰਾ ਹਾਲ ਸੀਗਾ, 100-100 ਬੰਦਾ ਆ ਕੇ ਬਹਿ ਜਾਂਦਾ ਸੀ, ਪਾਰਕ ਬਣੇ ਸੀ। ਉਹ ਸਾਰੀ ਚੀਜ਼ ਨੂੰ ਛੱਡ ਕੇ 2 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਜੀ। ਗੁਰੂ ਸਾਹਿਬ ਦੇ ਪੱਕੇ ਹੀ ਲੜ ਲੱਗ ਗਏ ਆ। ਜਦੋਂ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਪੋਸਟਾਂ ਪੈਂਦੀਆਂ ਨੇ, ਕਿਹਾ ਜਾਂਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਨੇ, ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨੀ ਨੂੰ ਗੁਰੂ ਦੇ ਲੜ ਲਾ ਰਹੇ ਨੇ। ਕੁਝ ਕੁ ਲੋਕ ਥੱਲੇ ਆਣ ਕੇ ਕਹਿ ਦਿੰਦੇ ਨੇ ਕਿ ਦੱਸੋ ਕਿਹੜਾ ਨੌਜਵਾਨ ਨਸ਼ੇ ਤੋਂ ਹਟਿਆ। ਇਹ ਉਹਨਾਂ ਲੋਕਾਂ ਦੀ ਸੰਗਤ ਜੀ, ਜਿਹੜੇ ਲੋਕ ਕਹਿ ਦਿੰਦੇ ਵੀ ਕੋਈ ਨੌਜਵਾਨ ਨਸ਼ੇ ਤੋਂ ਨਹੀਂ ਹਟਿਆ, ਜਿਉਂਦੀ ਜਾਗਦੀ ਮਿਸਾਲ ਤੁਹਾਡੇ ਸਾਹਮਣੇ ਹੈ। ਗਿਣਤੀ ਲਓ ਜੀ, ਗਿਣਤੀ ਪੂਰੇ ਪੰਜਾਬ ਦੇ ਵਿੱਚ ਮੈਨੂੰ ਲੋਕ ਜਾਣਦੇ। ਡਾਕਟਰ ਹਰਬੰਸ ਬਾਬਾ, ਤੁਹਾਡੇ ਅੰਮ੍ਰਿਤਸਰ ਵੀ ਮੇਰਾ ਹੌਸਪੀਟਲ ਹੈ, ਫਰੀਦਕੋਟ ਮੁਕਤਸਰ ਸਾਡੇ ਹਸਪਤਾਲ ਹੈ। ਅਸੀਂ ਤਾਂ ਸਾਡਾ ਤਾਂ ਜਿਹੜਾ ਬੇੜਾ ਤਰ ਗਿਆ ਜੀ, ਸਾਡੇ ਨਾਲ ਦੇ ਪਿੰਡਾਂ ਦਾ ਤਰ ਗਿਆ। ਤੁਸੀਂ ਗਿਣਤੀ ਮਾਰੋ, ਲਿਸਟ ਤੇ ਜਾਓ ਪਿੰਡਾਂ 'ਚ ਵੀ ਕਿੰਨੇ ਨੌਜਵਾਨ ਨਸ਼ਾ ਛੱਡ ਗਏ ਆ, ਜਾਂ ਜਿਹੜੇ ਇਹਨਾਂ ਨੇ ਕੇਂਦਰ ਖੋਲ੍ਹੇ ਆ ਉੱਥੇ ਜਾ ਕੇ ਵੇਖੋ, ਤੇ ਜਾਂ ਫਿਰ ਸਰਕਾਰ ਦੇ ਕੰਮ ਵੇਖੋ ਜਾ ਕੇ। ਫਰੀਦਕੋਟ 'ਚ ਜਾਓ, 15 ਕੁੜੀਆਂ ਮਿਲ ਗਈਆਂ ਬਿੱਡਾਂ ਤੇ ਪਈਆਂ, ਕੁੜੀਆਂ ਮੁੰਡਿਆਂ ਦੀ ਗੱਲ ਛੱਡੋ। ਇਹਨਾਂ ਨਸ਼ੇ ਦਾ ਬੜਾ ਭੈੜਾ ਪ੍ਰਭਾਵ ਆ, ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ੇ ਨੂੰ ਨਾ ਰੋਕਿਆ। ਸੈਂਟਰ ਸਰਕਾਰਾਂ ਨੇ ਭੇਜ ਰਹੇ ਬਈਆਂ ਨੂੰ, ਸਾਰਿਆਂ ਨੂੰ ਇੱਥੇ ਪੰਜਾਬ ਬਈਆਂ ਦਾ ਹੋਣਾ ਸਾਰਾ, ਕਿਉਂਕਿ ਆਪ ਨਸ਼ਾ ਵਿਕਾਉਂਦੀਆਂ। ਮਤਲਬ ਨਹੀਂ ਬਾਰਡਰ ਤੋਂ ਨਸ਼ਾ ਲੰਘ ਜੇ, ਜਿਹੜਾ ਸਾਡੇ ਜਵਾਕਾਂ ਨੂੰ ਨਸ਼ਾ ਮਿਲਦਾ ਹੈ ਸਰਕਾਰਾਂ ਦਾ, ਉੱਤੋਂ ਤੋਂ ਆਉਂਦੀਆਂ ਹੀ ਫੜਦੇ ਨਹੀਂ। ਜੇ ਫੜਦੇ ਹੁਣ ਪੁਲਿਸ ਤੋਂ ਕਿਹੜੀ ਚੀਜ਼ ਵੀਰਦੀ ਹੈ? ਹਰ ਚੀਜ਼ ਨੂੰ ਕੰਟਰੋਲ ਕਰ ਸਕਦੀ ਹੈ, ਪਰ ਐਡਾ ਵੱਡਾ ਉਪਰਾਲਾ ਕਿਸੇ ਨੇ ਨਹੀਂ ਕੀਤਾ। ਅਸੀਂ ਤਾਂ ਸਾਰੇ ਸਿੱਖ ਸੰਗਤਾਂ ਨੂੰ ਆਣੇ ਆ, ਪੂਰਾ ਸਹਿਯੋਗ ਦਿਓ ਜੀ। ਅਸੀਂ ਸਾਡਾ ਜਿਹੜਾ ਹੈ ਨਸ਼ੇ 'ਚ ਜਮਾਂ ਲਿਪਟ ਸੀ, ਦਿਨ ਭਰ ਰਾਤ ਪੇਟੀਆਂ ਪਈਆਂ ਰਹਿਣੀਆਂ, ਅਫਸਰਾਂ ਨੇ ਆਉਣਾ, ਹੁਣ ਗੁਰੂ ਘਰ ਜਾਈਦਾ ਜੀ, ਆਨੰਦ ਹੀ ਆ ਜੀ, 24 ਘੰਟੇ ਨਾਮ ਕੁਮਾਰੀ ਚੜ੍ਹੀ ਰਹਿੰਦੀ ਹੈ ਜੀ। ਤੇ ਐਡੀ ਕੁ ਕਿਰਪਾ, ਇੱਕ ਹੋਰ ਦੱਸਦੇ ਹਾਂ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਗੋਲੀ ਟੀਕੇ ਦੀ, ਨਾ ਦਾਰੂ ਛੱਡਣ ਦੀ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ। ਸੁਖਮਣੀ ਸਾਹਿਬ ਦਾ ਪਾਠ ਕਰਨਾ ਜੀ, 4 ਦਿਨਾਂ ਬਾਅਦ ਉਹਨੂੰ ਨਾਮ ਕੁਮਾਰੀ ਚੜ੍ਹ ਜਾਂਦੀ ਹੈ। ਫਿਰ ਉਹ ਕਹਿੰਦਾ ਮੈਂ ਪਰਮਾਤਮਾ ਤੇਰਾ ਤੁਝ ਕੇ ਸੌਂਪ ਦੂ ਤੇ ਕਿਆ ਲੱਗੇਗਾ ਮੇਰਾ। ਫਿਰ ਉਹ ਐ ਨਹੀਂ ਸਮਝਦਾ ਵੀ ਮੈਂ ਕੋਈ ਪਰਮਾਤਮਾ ਨੂੰ ਕੁਛ ਦੇਣਾ, ਉਹ ਉਹਦਾ ਹੀ ਉਹਨੂੰ ਸੌਂਪ ਦਿੰਦਾ ਬਸ। ਬੜੀ ਕਿਰਪਾ ਹੈ ਜੀ, ਤੁਸੀਂ ਵੱਧ ਤੋਂ ਵੱਧ ਮੀਡੀਆ ਨੂੰ ਵੀ ਕਹਿੰਦਾ ਵੀ ਸਾਥ ਦਿਓ ਜੀ। ਆ ਬੱਚੇ ਆਉਣਗੇ, ਤੁਹਾਨੂੰ ਵਿਖਾਉਣੇ ਆ ਜੀ, ਐਡੇ ਐਡੇ ਬੱਚੇ ਨਸ਼ਾ ਕਰਦੇ ਸੀ, ਉਹਨਾਂ ਨੇ ਸਿੱਖੀ ਦੇ ਨਾਲ ਉਹ ਜੁੜ ਚੁੱਕੇ ਆ, ਤੇ ਬਹੁਤ ਜੁੜ ਰਹੇ ਹਜ਼ਾਰਾਂ ਦੇ ਹਿਸਾਬ ਨਾਲ। ਜੇ ਇਹ ਵੀ ਮਾੜਾ ਤਾਂ ਸਰਕਾਰ ਨੂੰ ਲੱਗਣਾ ਜੀ, ਨਸ਼ਾ ਬੰਦ ਹੋ ਜਾਣਾ। ਇਸ ਕਰਕੇ ਮੇਰੇ ਬੱਚੇ ਜਿਹੜੇ ਆ, ਸਰਕਾਰਾਂ ਇਲੈਕਸ਼ਨਾਂ ਤੋਂ ਪਹਿਲਾਂ ਵਾਅਦੇ ਕਰਦੀਆਂ ਨੇ, ਦਾਅਵੇ ਕਰਦੀਆਂ ਨੇ ਕਿ ਨਸ਼ਾ ਬੰਦ ਕਰ ਦੇਵਾਂਗੇ, ਪਰ ਜਦੋਂ ਕੋਈ ਵਾਕਿਆ ਹੀ ਨਸ਼ੇ ਬੰਦ ਕਰਨ ਵਾਲਾ ਆ ਗਿਆ, ਕੋਈ ਗੁਰੂ ਦਾ ਪਿਆਰਾ ਆ ਗਿਆ ਜਿਹੜਾ ਵਾਕਿਆ ਨਸ਼ੇ ਬੰਦ ਕਰ ਰਿਹਾ ਹੈ, ਤੇ ਹੁਣ ਤਕਲੀਫ ਕਿਉਂ ਹੋ ਰਹੀ ਹੈ? ਤਕਲੀਫ ਤਾਂ ਹੋਣੀ ਜਦੋਂ ਸਾਡੇ ਵਰਗੇ ਵੀ ਟੋਕਾ ਲੈ ਕੇ ਚਲੇ ਜਾਂਦੇ ਵੀ ਹਾਂ ਵੀ ਵੇਚਣਾ ਕਿ ਧੌਣ ਵਢਾਉਣੀ ਆ। ਸਾਡਾ ਪ੍ਰਸ਼ਾਸਨ ਦਾ ਉਤਲਾ, ਸਾਡਾ ਕੋਈ ਪ੍ਰਸ਼ਾਸਨ ਨਹੀਂ, ਅਸੀਂ ਕਿਸੇ ਪ੍ਰਸ਼ਾਸਨ ਨੂੰ ਨਹੀਂ ਮੰਨਦੇ। ਕਿਉਂ ਸਿੰਘਾ, ਸਹੀ ਗੱਲ ਹੈ ਨਾ, ਅਸੀਂ ਉਤਲੇ ਨੂੰ ਮੰਨਦੇ ਹਾਂ, ਉਦੋਂ ਹੀ ਬੰਦ ਹੋ ਜਾਂਦੇ ਆ। ਪੁਲਿਸ ਵਾਲੇ 100 ਗੇੜਾ ਮਾਰ ਕੇ ਵਾਪਸ ਮੋੜਾਂ ਨੂੰ ਪਤਾ ਨਹੀਂ ਕੀ ਦਿੰਦੇ, ਪੁਲਿਸ ਵਾਲਿਆਂ ਨੂੰ ਪੈਸੇ ਜੇਬ 'ਚ ਪਾ ਕੇ ਵਾਪਸ ਆ ਜਾਂਦੇ ਆ। ਬਿਲਕੁਲ ਕੋਈ ਨਹੀਂ ਬੰਦ ਕਰਦਾ, 4 ਗੁਣਾ ਵੱਧ ਹੋਇਆ। ਸਟੇਸ਼ਨ ਹੈ ਕੋਟਕਪੁਰਾ ਮੁਕਤਸਰ, ਤੁਸੀਂ ਜਾ ਕੇ ਲੈਣਾ ਵਾਰ ਖੜੇ ਆ, ਬਾਰ ਦੇ ਨਾਲ ਟੰਗਿਆ ਹੁੰਦਾ, ਬਾਰ ਖੋਲਦੇ ਆ, ਪੁਲਿਸ ਅੰਦਰ ਵੜ ਜਾਂਦੀ ਹੈ, ਲੱਭ ਲਓ ਜੀ ਨਹੀਂ ਲੱਭਦਾ, ਬਾਹਰ ਭੇਟਦੇ ਆ ਨਸ਼ੇ ਲੈ ਕੇ, ਫਿਰ ਅੰਦਰ ਵੜ ਜਾਂਦੇ, ਬਾਹਰ ਦੇ ਨਾਲ ਹੀ ਟੰਗੇ ਹੁੰਦੇ ਆ, ਹਜ਼ਾਰਾਂ ਦੇ ਹਿਸਾਬ ਨਾਲ ਨਸ਼ੇ ਵਾਲੇ ਬੈਠੇ ਆ।
ज्यादातर लेडीज काम कर रही है। इन्ने के बच्चे बचा दिते आ सच्चे पातशाह इनकी जिंदगी बख्शे सानू तो पता है बड़ी। अज किदां देखदे हो अज पंजाब दे हालात किदां देखदे हो नौजवानी नूं किदां देखदे हो अज पहला जो सी अज 30% फर्क पा दिता सिखी की लहर ने यह 100% ही जाऊगा जी क्योंकि जदों कोई चीज होंद च आ जाती होंद च ओंदी होंद मिटनी बहुत औखी खास करके सिखी तो ना मिटी है ना कोई मिट सकया है ये सिखी की लहर आ गई है जी जे सीस देंगे तो अं तो तैयार हाँ जी जिन्नी मर्जी रबला लैन तोहफा लैन जानी तो जाना तोबला भी जानी है रबला भी जानी है कोई चक्कर नहीं जी जुल्म के खिलाफ 40 बंदे भी होन असी तो कल्ले नहीं डट जाना हुंदा है। हुण बड़ी खुशी है कि बहुत ज्यादा सिंह अमृत छक रहे बहुत ज्यादा इस लहर च असी आउंदिया वेख्या जी साडी सरोपिया नाल गड्डियां भरिया गई बड़ा प्यार दिता लोगों ने पर प्रशासन के 1% भी किसी ने मेहनत नहीं की। मेरा आप खास दोस्त है संधमा मेरे को इलाज करवा रहा है पुछ लै जाके भी कुलतार सिंह संधमा की गल कर हां जी हां जी गुरसिखी दे नाल जुड़िया है 1% भी उन्हें अज तक साथ नहीं दिता साडा मोर्चा लग्या है बैबल कलां मिट्टिया गोलियां दे के तुर जांदा मिट्टिया गोलियां जे नहीं दिता जांदा तो गुरु दे लड़ लग छड़ दे जब सरकार जे गुरु का बन जा सरकार का बन जा एक पासे तो हो जा दोगला ना रह यार मेरा भरा सी पर मैं उन्होंने आपका भरा नहीं गिनता जे उन्हें साथ देता फिर गिनू पर वैसे मेनू ए लगता भी नहीं ए इंसाफ नहीं दिता ता करके हुण भरा नहीं लगता नहीं नहीं बिलकुल नहीं लगता जी असीं गुरु दे ही सानू पता है सब चीज विनाश है जदों बाणी पढ़दा फिर पता लगता है। मैं कदी गुरुद्वारा साहब नहीं गया मैं 5 घंटे बाणी पढ़ता मैनू पता विनाश है ती पुत जमीन जायदाद जदों जांदा है उदो बिलकुल कुछ नहीं हुंदा जे किसे दा पुत गुजर जांदा मां लांभा दिंदी है भी भाई मालका तू पुत लै गया तेरा पुत मूहरे पिया तू उहनू मचा साड़ दब वह आत्मा लग गया उहदी जिहड़ा कुछ आत्मा उहदी कर गई उह पूर्ण सफल है। इस करके आने बाणी तो वध लगो जिन्हू नाम कमारी चढ़ गई ओनू दिन रात का कोई पता नहीं लगता ना सानू शाम का पता अगे 4 बजे कह लग पैंदे सरकार दे वल्लों एक नवा फैसला लिया गया हथियारां नू लैके शास्त्रां नू लैके प्रधानमंत्री बाजे के जिहड़ा कि हुण भगवंत सिंह बन चुका है ओहदे उत्ते परचा दर्ज कर दिता गया भाई साहब दे जथे दे 2-3 सिंघां दे उत्ते FIR कर दित्तियां गईआं हथियारां नू लैके इस फैसले नू किवें वेखदे हो असीं तैयार पर तैयार हां इहनां नू विखा दिओ आ लो जी जे परचे दी लोड़ है ते आओ मिंट मारो जिथे कुटना मारना असि तैयार हां जी असि तां रब दे प्यारे हां ओंदे लिखे जिंद लाली इहनू जिन्ना शरीर है चले जाऊगा कोई गल नहीं जे एडा डर हुंदा दरबार साहब भी लैके गए हां पर ललकार के आ जाना भला 40 जने होण कुछ को अखौती मैं कहूंगा लीडर जां कहूंगा शिवसेना वाले ये गल करदे सी कि अमृतसर दरबार साहब दे विच अमृतपाल सिंह नूं हथियार लैके नहीं जान देवांगे। ਜਦੋਂ ਖਾਲਸੇ ਦਾ ਜਨਮ ਹੋਇਆ ਉਹ ਹੋਇਆ ਹੀ ਹਥਿਆਰ ਤੋਂ ਆ ਗੁਰੂ ਸਾਹਿਬ ਦੇ 7 ਸਾਲ ਦੇ 14 ਸਾਲ ਦੇ ਬੱਚਿਆਂ ਨੇ ਤਲਵਾਰਾਂ ਨਾਲ ਜੰਗ ਲੜਿਆ ਉਹਨਾਂ ਨੂੰ ਕੀ ਪਤਾ ਸਿਗਟਾਂ ਬੀੜੀਆਂ ਪੀਣ ਵਾਲੇ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੀ ਜਦੋਂ ਰੱਖਿਆ ਕੀਤੀ ਗੁਰੂ ਤੇਗ ਬਹਾਦਰ ਨੇ ਸਿੱਖੀ ਦੀ ਨੀਂਹ ਜਿਹੜੀ ਹੈ ਇੰਨੀ ਕੁ ਮਜ਼ਬੂਤ ਹੈ ਇਹ ਤਲਵਾਰਾਂ ਤੋਂ ਸ਼ੁਰੂ ਹੋਈ ਹੈ ਤਲਵਾਰ ਹਰ ਚੀਜ਼ ਦਾ ਹਥਿਆਰ ਹੈ ਅਸੀਂ ਕੋਈ ਵੀ ਵਰਸਾ ਤੇ ਸਾਡੇ ਗੁਰੂ ਨੇ ਕਿਹਾ ਵੀ ਸ਼ੇਰ ਬਣ ਕੇ ਰਹਿਣਾ ਕਿਧਰ ਵਰਤ ਕੇ ਨਹੀਂ ਪਰ ਇਹਨੂੰ ਵਰਤਣਾ ਕਿੱਦਾਂ ਹੈ ਜ਼ੁਲਮ ਦੇ ਖਾਤਰ ਜੇ ਕਿਸੇ ਨਾਲ ਜ਼ੁਲਮ ਹੁੰਦਾ ਪਿਆ ਚਾਹੇ ਉਹ ਬਈਆ ਅਸੀਂ ਉਹਦਾ ਜ਼ੁਲਮ ਨੂੰ ਠੱਲ ਪਾਉਣੀ ਹੈ ਨਾ ਕਿ ਕਿਸੇ ਤੇ ਜ਼ੁਲਮ ਕਰਨਾ ਨਹੀਂ ਅਸੀਂ ਕਿਸੇ ਸਹਿਬ ਸਨ ਵਾਲੇ ਤੇ ਜ਼ੁਲਮ ਨਹੀਂ ਕੀਤਾ ਜੇ ਉਹ ਮਾੜਾ ਚੰਗਾ ਕੁਛ ਵੀ ਬੋਲੂਗਾ ਉਹ ਆਪਦੀ ਕੀਤੀ ਪਾਉਂਦਾ ਪਰ ਪਹਿਲਾਂ ਅੱਜ ਤੱਕ ਸਿੱਖ ਇਤਿਹਾਸ ਚ ਦੱਸ ਦਿਓ ਵੀ ਕਿ ਸਿੱਖ ਨੇ ਕਿ ਫਾਲਤੂ ਬੰਦੇ ਨੂੰ ਵੜਦਾ ਹੋਵੇ ਜਾਂਦੇ ਨੂੰ ਜੇ ਉਹ ਪੱਗ ਲਾਉਣ ਪੈ ਜਾਊਗਾ ਫਿਰ ਤਾਂ ਡਾਊ ਇਹ ਰੱਖਿਆ ਕਾਹਦੇ ਵਾਸਤੇ ਇਸੇ ਚੀਜ਼ ਵਾਸਤੇ ਹੀ ਆ ਦੇਖੋ ਜੀ ਉਹਨਾਂ ਨੇ ਸਾਨੂੰ ਥੋੜਾ ਦੱਸਣਾ ਸਾਨੂੰ ਪਤਾ ਵੀ ਅਸੀਂ ਕੀ ਕਰਨਾ ਉਹਨਾਂ ਦਾ ਸਾਡੇ ਹਥਿਆਰਾਂ ਤੋਂ ਡਰ ਲੱਗਦਾ ਹੈ ਵੀ ਜੇ ਇਹ ਗਲਤ ਬੋਲਾਂ ਤੇ ਝਟਕਾ ਦੇਣਗੇ ਇਹ ਝਟਕਾ ਹੈ ਅਸੀਂ ਕਿਹੜਾ ਸੋਚਣਾ ਵੀ ਸਾਡੇ ਘਰੇ ਕੀ ਗੱਲ ਹੋਣੀ ਹੈ ਨਹੀਂ ਸਾਡੇ ਤਾਂ ਪ੍ਰਮਾਤਮਾ ਨਾਲ ਲੇਵ ਹੈ ਸਾਡੇ ਗੁਰੂ ਨੂੰ ਮਾੜਾ ਕੋਈ ਆਖੇ ਜਿਹੜੇ ਸਾਡੇ ਹਥਿਆਰ ਹੈ ਇਹ ਸਾਡਾ ਇੱਕ ਜੀਵਨ ਹੈ ਇਹਨਾਂ ਨਾਲ ਅਸੀਂ ਭਗਤੀ ਵੀ ਕਰਦੇ ਹਾਂ ਸਾਨੂੰ ਪਤਾ ਇਹਦੇ ਨਾਲ ਭਗਤੀ ਹੁੰਦੀ ਹੈ ਸ਼ਕਤੀ ਨਾਲ ਹੀ ਭਗਤੀ ਹੈ ਪ੍ਰਮਾਤਮਾ ਜਿਹੜਾ ਹੈ ਉਹ ਇੱਕ ਰੱਬ ਦਾ ਰੂਪ ਹੈ ਅਸੀਂ ਉਹਨੂੰ ਇਹੋ ਜਿਹਾ ਦਿਮਾਗ 'ਚ ਬਾਲਿਆ ਕਿ ਸਾਡਾ ਉਹ ਆ ਸਾਡਾ ਕੋਈ ਨਹੀਂ ਨਾ ਭੈਣ ਨਾ ਭਰਾ ਨਾ ਕੋਈ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਜਿਵੇਂ ਸੰਤਾਂ ਦੀ ਗੱਲ ਹੋਵੇ ਉਸ ਤੋਂ ਬਾਅਦ ਦੀਪ ਸਿੱਧੂ ਨੇ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਸਿੱਖੀ ਦਾ ਪ੍ਰਚਾਰ ਕੀਤਾ ਕੁਝ ਹੀ ਸਮੇਂ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ ਪਹਿਲੀ ਬਣ ਕੇ ਰਹਿ ਜਾਂਦੀ ਪਤਾ ਨਹੀਂ ਲੱਗਦਾ ਕਿ ਐਕਸੀਡੈਂਟ ਹੋਇਆ ਜਾਂ ਕਤਲ ਹੋਇਆ ਪਤਾ ਨਹੀਂ ਕੀ ਹੋਇਆ ਅੱਖ ਅੰਮ੍ਰਿਤਪਾਲ ਸਿੰਘ ਤੇ ਵੀ ਹੋਵੇਗੀ ਸਰਕਾਰਾਂ ਦੀ
की कहना चाहोगे? कोई दुख नहीं जी, साड़ी एडी लम्मी कतार है, मुक्कन वाली नहीं, ना ही मुक्की है, ये कतार ही सिख दी इनी लम्मी है, एक तो बाद सिद्धू तो बाद हजारा आ गए, हजारा ने आना, पर साडे सिंह ने ओ करके दिखानी है जो साडे दिमाग च भी नहीं है। पर अज भी वेख लो सेंट्रल गवर्नमेंट तक पेचा पाउनू, इत्थे ढड़ियां वाले भी कहिंदे आ नाम जप भी चुप करके, गुरु तेग बहादुर जी नाम चुप करके जपी जांदे, जुल्म दे खिलाफ आवाज ना दिंदे, उन्हां नू थोड़ा कतल करना सीगा, ओह शहीद क्यों करने सी? इस करके कीते गए कि जुल्म नाल टक्कर लैण वाले नू सजा मिलदी है, पर ओह सजा तों डरदा नहीं क्योंकि ओह अमन होना चाहुंदा हुंदा है। साडी जिंदगी अमर है जी, ये सिंह दी जिंदगी अमर है, अज तों ही कहिंदे इह खतम है, साडा जीवन नहीं हैगा, जीवन परमात्मा ने लिखे, कोई नहीं पता कल लग जे परसों लग जे हजार साल बाद लग जे, ए उन्हां नूं पता है। रस्ते च बड़ी ही संगत सत्कार कर रही, भाई साहब दा स्वागत कर रही है, संगत नाल गलबात भी हुंदी होगी, की सोचदे ने आम लोग, की सोचदे ने तुसीं जत्थे दे विच शामिल हो, जिन्ने सिंह नाल शामिल होके तुरे ने वह तो चलो सोचते ने, कोई सोच के ही तुरे ने, आम लोग की सोचदे? आस दी करना जी, दो प्रकार नाल भाई साहब नशे तो मुक्त कर रहे आ, बाणी नाल जोड़ रहे आ, लोग नशे तो मुक्त हो रहे आ, लोग अमृत छक रहे, अपने आप नशा छड रहे आ, फिर सेंटर खोल रहे आ, सेवा कर रहे आ, सेवादार तों सेवा करा रहे आ, बहुत लोग नशा छड रहे आ, अपने आप दस्तार बन के कोई पटियाले तो कोई लुधियाने तो सिंह आउंदा कि अमृत छक के चला जांदा, उहनूं डर पै जांदा मालक दा भी, मैं हुण मालक दा ऊट आसरा ले लिया, हुण मैं गलत काम नहीं करना। एक जिवें पशु नूं संगल पैंदा है, इवें एक मन दा संगल पै जांदा है, ਉਹ ਗਲਤ ਕੰਮ ਨਹੀਂ ਕਰੂਗਾ, ਉਹ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਹੋ ਕੇ ਹੋਰ ਨੂੰ ਵੀ ਸਿੱਖਿਆ ਦਿੰਦਾ ਵੀ ਤੂੰ ਭਾਈ ਗੁਰਸਿੱਖ ਹੋ, ਤੇ ਇਸ ਲਹਿਰ ਨੇ ਆਪਾਂ ਨੂੰ ਬਹੁਤ ਹੀ ਅੱਗੇ ਲਿਜਾਣਾ ਗੁਰਸਿੱਖੀ ਵੱਲੀ, ਤੇ ਸਰਕਾਰਾਂ ਇਹ ਕੰਮ ਨਹੀਂ ਕਰ ਸਕਦੀਆਂ ਜੀ। ਜਿਹੜੇ ਲੀਡਰ ਉਲਟ ਬਿਆਨ ਦੇ ਰਹੇ ਨੇ ਮਜੀਠੀਏ ਵਰਗੇ, ਲਕਸ਼ਮੀ ਕਾਂਤਾ ਚਾਵਲਾ, ਰਾਜਾ ਵੜਿੰਗ, ਉਹਨਾਂ ਨੂੰ ਕੀ ਕਹੋਗੇ? ਜਿਹੜੇ ਬਣਾਏ ਆ ਨਾ ਜੀ ਪੈਸੇ, ਆ ਜਾਂਦੇ ਰਾਜ ਖੋਲ ਲਾਂਗੇ ਸਾਰੇ, ਇਹ ਪੈਸਿਆਂ ਵਾਲੇ ਹੀ ਦੇ ਰਹੇ ਆ ਜੀ, ਇਹਨਾਂ ਨੇ ਪੈਸੇ ਪੈਸੇ ਜੋੜੀ ਰਾਜ ਪੈਸੇ ਜੋੜੀ ਆ ਰਹੇ ਆ, ਪਤਾ ਨੀ ਪੰਡਾਂ ਦੀਆਂ ਪੰਡਾਂ, ਆ ਜਾਂਦੇ ਰਾਜ ਵੰਡ ਦਿਆਂਗੇ ਸਾਰਿਆਂ ਨੂੰ, ਲੋਕਾਂ ਨੂੰ ਖੁਸ਼ ਕਰ ਦਿਆਂਗੇ ਜਿਹੜੇ ਗਰੀਬੀ ਆ। ਹਰ ਸਿੱਖ ਚਾਹੁੰਦਾ ਹੈ ਖਾਲਸਾ ਰਾਜ, ਤੁਸੀਂ ਵੀ ਗੱਲ ਕੀਤੀ, ਹਰ ਸਿੱਖ ਚਾਹੁੰਦਾ ਹੈ, ਪਰ ਕਿੰਨਾ ਕੁ ਟਾਈਮ ਲੱਗਦਾ ਹੈ? ਲੱਗ ਗਈ ਸਮਾਂ? ਸਮਾਂ ਤਾਂ ਜੀ ਸਾਡੇ ਜਾਣ ਤੋਂ ਬਾਅਦ ਜਾ ਜੇ, ਚਾਹੇ ਪਹਿਲਾਂ ਜੀ ਇਹ ਲਹਿਰ ਲਿਆਊਗੀ, ਆਊਗਾ ਜੀ, ਖੂਨ ਡੁੱਲੂਗਾ ਲਾਜ਼ਮੀ, ਸ਼ਾਂਤੀ ਨਾਲ ਨਹੀਂ ਆਉਂਦਾ, ਡੁੱਲੂਗਾ ਰੱਜ ਕੇ ਖੂਨ ਡੁੱਲੂਗਾ, ਆਊਗਾ। ਕੁਝ ਕੁ ਕਹਿ ਰਹੇ ਨੇ ਵਿਚਾਰਾਂ ਦਾ ਜਮਾਨਾ, ਵਿਚਾਰਾਂ ਕਰਕੇ ਸਾਰਾ ਕੋਈ ਮਸਲੇ ਹੱਲ ਹੋ ਜਾਣੇ? ਵਿਚਾਰਾਂ ਕਰ ਤਾਂ ਥੱਕ ਗਏ ਆ ਜੀ, ਢੱਡਰੀ ਵਾਲਾ ਵਿਚਾਰਾਂ ਕਰਦਿਆਂ ਕਰਦਿਆਂ ਬੁੱਢਾ ਹੋ ਗਿਆ ਜੀ, ਕਰੀਮਾ ਲਾਈ ਜਾਂਦਾ, ਵਿਚਾਰਾਂ ਨੇ ਕੀ ਬਣਦਾ? ਕਿੰਨੇ ਬੰਦੇ ਨੂੰ ਅਮਰਿਤ ਚੁਕਾਇਆ, ਮੈਂ 10 ਲੱਖ ਨੂੰ ਚੁਕਾਤਾ, 20 ਲੱਖ ਨੂੰ ਚੁਕਾਤਾ, ਤੁਸੀਂ 5 ਵੀ ਲਿਆ ਕੇ ਮੂਹਰੇ ਰੱਖ ਦਿਓ, ਉਹਦੇ ਨਾਲ ਵਾਲੇ ਤਾਂ ਹੋਣਗੇ ਜੀ, ਕਰਕੇ ਇਕੱਠੇ ਪੈਸੇ ਤੁਰ ਜਾਂਦਾ ਜੀ। ਕੋਈ ਵੀ ਸਾਡੇ ਸਿੰਘ ਨੂੰ ਕਹਿ ਦੇਖਾਂ ਵੀ ਇਹ ਪੈਸੇ ਇਕੱਠੇ ਕਰਦਾ, 10 ਰੁਪਏ ਨਹੀਂ ਮੰਗਦਾ ਕਿਸੇ ਤੋਂ, ਜਿਹਨੇ ਕੌਮ ਦੀ ਖਾਤਰ ਸੀਸ ਦੇਣਾ ਉਹ ਸਰਕਾਰਾਂ ਦੇ ਖਿਲਾਫ਼ ਬੋਲੂਗਾ, ਦੂਜਾ ਨਹੀਂ ਬੋਲਦਾ। ਉਮੀਦ ਕੀ ਰੱਖਦੇ ਹੋ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ? ਅਸੀਂ ਬੜੀ ਵੱਡੀ ਉਮੀਦ ਰੱਖਦੇ, ਅਸੀਂ ਇਹ ਕਹਿੰਦੇ ਵੀ ਸਾਡੀ ਸ਼ਹੀਦੀ ਨਾ ਇਹਨਾਂ ਦੇ ਚਰਨਾਂ ਦੇ ਵਿੱਚ ਪੈ ਜੇ ਤੇ ਅਸੀਂ ਸਫਲ ਹੋ ਜਾਵਾਂਗੇ ਬਸ ਜੀ। ਅਸੀਂ ਜਦੋਂ ਵੀ ਸਾਨੂੰ ਕਹੂਗਾ ਅਸੀਂ ਤਿਆਰ ਪਰ ਤਿਆਰ ਹਾਂ, ਜ਼ੁਲਮ ਦੀ ਖਾਤਰ ਲੜਾਂਗੇ। ਧੰਨਵਾਦ।